गल करिए भारत जोड़ो यात्रा दे अगले पड़ा दियां कांग्रेस ने कीतियां तैयारियां ते वैसे वो जिहड़ा सिक्योरिटी गार्ड वाले प्रधान साहब नूं धक्के वज्जे उहदी चर्चा भी खासी रही। जिन्हां ने धक्के खा खा के इथों तक धक्के खाण दा मुकाम हासिल कीता, उन्हां नूं दो धक्के वज भी जाणगे कुछ नहीं। उह प्रधान साहब कहिंदे ने कि मैनूं कहिड़ा राहुल गांधी ने धक्का मारिया, भी हाँ जी जी सिक्योरिटी गार्ड नहीं मारिया, फिर की हो गया। हाँ जी तो इन्हां नूं कोई परवाह नहीं हुंदी, क्योंकि ते धक्के खा के इथों तक आए आ। इलेक्शन होएगा तद भी धक्के खाने इन्हां ने, इह तां खांदे ही धक्के आ, जी जी इह धक्के खांदे आ। बस इक इह आ कि इह इहो जिहे धक्के खांदे आ कि जदों ये पावर च आ जाते फिर लोग इन्हां दे मगर धक्के खांदे आ। मगर तक ही खाते सही है जी कोई गल नहीं, कुछ नहीं हुंदा। लोकां दे जदों इन्हां दे कोई हुंदे प्रोग्राम, जी लोकां दे किवें याद है तुहानूं, इलेक्शन सीगा इह, बठिंडे तों इलेक्शन लड़ रहे सीगे उस टाइम। इन्हां दे सामने इक पत्रकार नूं कुट्टिया गया सीगा, सिख पत्रकार नूं, जी सवालां दे सिर्फ जवाब लैण वास्ते। कोई फर्क नहीं पैंदा, कोई धक्का वज गया, प्रोटोकॉल तोड़ोगे ते होर की होएगा। प्रोटोकॉल तोड़े, हुण की शर्मिंदगी दे मारे की कहणगे कि जी तुसीं खुद प्रेसिडेंट होके प्रोटोकॉल तोड़ रहे हो। हाँ अरे जी भाई, ओ एनएसजी वाले जिहड़े हुंदे ने जां हाँ जी ओ हाँ नहीं जी किसे नूं कोई समझदे। ਉਹ ਤਾਂ ਵੱਖੀ ਚ ਐ ਹੂਰਾ ਮਾਰਦੇ ਹੁੰਦੇ ਆ ਕਿ ਪੱਤਰਕਾਰਾਂ ਦੀਆਂ ਚੀਕਾਂ ਕਢਾ ਦਿੰਦੇ ਤੇ ਚੀਕਾਂ ਅੰਦਰ ਹੀ ਕੁੱਟਣੀਆਂ ਪੈਂਦੀਆਂ। ਜਦੋਂ ਪੀਸੀ ਹੋਵੇ, ਧੱਕਾ ਮੁੱਕੀ ਹੋਵੇ, ਮਾਰਦੇ ਨੇ ਜ਼ੋਰ ਨਾਲ ਹੂਰਾ। ਜੀ ਸੋ ਇਸ ਕਰਕੇ ਇਹ ਤੇ ਕੋਈ ਵੱਡੀ ਗੱਲ ਨਹੀਂ ਹੈ। ਪਰ ਇਹਨਾਂ ਦਾ ਜਿਹੜਾ ਦੇਖੋ ਭਾਰਤ ਜੋੜੋ ਯਾਤਰਾ ਦਾ ਮਾਹੌਲ ਹੈ, ਉਹ ਵਧੀਆ ਬਣਿਆ ਸੀਗਾ ਐਵੇਂ ਕਹੀਏ, ਪਰ ਇੱਕ ਦੋ ਚੀਜ਼ਾਂ ਨੇ ਵਿਗਾੜਿਆ। ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਵਾਜਾਂ ਮਾਰੀਆਂ ਤੇ ਆਇਆ ਹੀ ਨਹੀਂ। ਵਾਜਾ ਅੱਛਾ ਮਾਰੀਆਂ, ਬੁਲਾਇਆ ਕਈ ਵਾਰ, ਮੈਂ ਤੇ ਕਿਸੇ ਨੇ ਮੇਰੀ ਗੱਲ ਹੀ ਨਾ ਸੁਣੀ। ਰਾਹੁਲ ਗਾਂਧੀ ਵੀ ਕਹੀ ਜਾਂਦਾ ਸੀ ਕਿ ਲਿਆਓ ਬਾਜਵਾ ਸਾਹਿਬ, ਅੱਛਾ ਉਹ ਮਾੜਾ ਸੀ। ਫਿਰ ਇੱਥੇ ਸਮਰਾਲਾ ਚੌਂਕ ਦੇ ਵਿੱਚ ਜਦੋਂ ਲੁਧਿਆਣੇ ਵੜਨਾ ਸੀਗਾ, ਤੇ ਉੱਥੇ ਇਹਨਾਂ ਦੇ ਵਰਕਰ ਇੱਕ ਦੂਜੇ ਨੂੰ ਛਤਰੋ ਛਤਰੀ, ਗਾਲੋ ਗਾਲੀ, ਇਹ ਚੋਰ ਆ, ਉਹ ਚੋਰ ਆ, ਬੁਰਾ ਤਮਾਸ਼ਾ ਉੱਥੇ ਹੋਇਆ। ਮਤਲਬ ਜੀ ਕਿ ਮੈਨੂੰ ਲੱਗਦਾ ਕਿ ਇਹਨਾਂ ਨੂੰ ਜੋੜਦਿਆਂ ਜੋੜਦੇ ਫੈਵੀਕੋਲ ਮੁੱਕ ਜਾਣਾ ਹੈ, ਰਾਹੁਲ ਗਾਂਧੀ ਕੋਲ ਜਿਹੜਾ ਜੋੜਨ ਵਾਲਾ ਹੈ, ਇਹ ਪੱਕਾ ਜੋੜ ਪੈਣਾ ਹੀ ਇਹਨਾਂ ਦਾ ਕਾਂਗਰਸੀਆਂ ਦਾ, ਤੇ ਲੜਦੇ ਰਹਿੰਦੇ ਨੇ। ਤੋਂ ਜੀ ਗੱਲ ਇਹ ਆ ਕਿ ਹੁਣ ਦੇਖੋ ਬ੍ਰੇਕ ਹੋ ਗਿਆ ਸੀਗਾ, 2 ਦਿਨ ਯਾਤਰਾ ਤੁਰੀ, ਫਿਰ ਇੱਕ ਬ੍ਰੇਕ। ਹਾਲਾਂਕਿ ਸ਼ਰਦ ਯਾਦਵ ਉਹਨਾਂ ਦਾ ਇੰਤਕਾਲ ਹੋ ਗਿਆ, ਉੱਥੇ ਰਾਹੁਲ ਗਾਂਧੀ ਅੱਜ ਵਿਖਾਈ ਦਿੱਤੇ, ਪਰ ਇਹਨਾਂ ਨੇ ਕਿਹਾ ਕਿ ਲੋਹੜੀ ਕਰਕੇ ਅਸੀਂ ਬ੍ਰੇਕ ਲਈ ਹੈ। ਪਰ ਕੁਛ ਸੋਰਸਸ ਇਹ ਵੀ ਕਹਿੰਦੇ ਆ ਕਿ ਪ੍ਰਿਅੰਕਾ ਗਾਂਧੀ ਦਾ ਬਰਥਡੇ ਸੀ, ਉਹ ਮਨਾਉਣ ਗਏ, ਜੀ ਹੁਣ ਆ ਜਾਣਗੇ। ਅੱਜ ਇਹਨਾਂ ਨੇ ਦੁਆਬੇ ਦੀਆਂ ਤਿਆਰੀਆਂ ਕਰ ਲਈਆਂ। ਦੁਆਬੇ ਦੇ ਵਿੱਚ ਇਹ ਭਾਰਤ ਜੋੜੋ ਯਾਤਰਾ ਜਿਹੜੀ ਉਹ ਦਾਖਲ ਹੋਣ ਜਾਏਗੀ, ਤੇ ਜਦੋਂ ਹੋਣ ਜਾਏਗੀ ਤਾਂ ਉਸ ਤੋਂ ਪਹਿਲਾਂ ਇਹ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇੱਕ ਵੈਸੇ ਗੱਲ ਜਿਹੜੀ ਸੋਚਣ ਵਾਲੀ ਹੈ ਕਿ ਧੱਕੇ ਤੇ ਚਲੋ ਖਾਣ ਡਏ ਆ, ਪਰ ਗੱਲ ਇਹ ਆ ਕਿ ਆਉਂਦੇ ਹੁੰਦੇ ਆ ਕਿ ਅਕਲ ਬਦਾਮ ਖਾਣ ਨਾਲ ਨਹੀਂ ਆਉਂਦੀ, ਅਕਲ ਧੱਕੇ ਖਾਣ ਨਾਲ ਆਉਂਦੀ ਆ। ਮੈਨੂੰ ਲੱਗਦਾ ਇਹਨਾਂ ਨੂੰ ਦੋਨੇ ਚੀਜ਼ਾਂ ਖਾਣ ਨਾਲ, ਬਦਾਮ ਵੀ ਬੜੇ ਚੜਦੇ ਨੇ ਤੇ ਧੱਕੇ ਵੀ ਬੜੇ ਖਾਂਦੇ ਨੇ, ਅਕਲ ਇਹਨਾਂ ਨੂੰ ਤਾਂ ਵੀ ਨਹੀਂ ਆ ਰਹੀ। ਕਿ ਦੇਖੋ ਗੱਲ ਕੀ ਆ ਕਿ ਜੇ ਤੁਸੀਂ ਦੇਖੋ ਕਿ ਮਾਲਵਾ ਦਾ ਬਹੁਤ ਵੱਡਾ ਹਿੱਸਾ ਤੇ ਛੱਡ ਚੱਲੇ ਨੇ, ਜੀ ਜੀ ਬਿਲਕੁਲ ਇਹ ਬਹੁਤ ਵੱਡਾ ਸਵਾਲ ਹੈ। ਮਾਲਵੇ ਦਾ ਹਿੱਸਾ ਛੱਡ ਚੱਲੇ ਨੇ, ਫਿਰ ਇਹ ਆ ਕਿ ਮਤਲਬ ਬਹੁਤ ਸਾਰੇ ਲੀਡਰ ਜਿਹੜੇ ਆ ਉਹਨਾਂ ਦੀਆਂ ਹੋਰਡਿੰਗਸ ਤੋਂ ਤਸਵੀਰਾਂ ਨਹੀਂ ਮਤਲਬ ਕਿ ਲਾਈਆਂ ਜਾ ਰਹੀਆਂ, ਉਹ ਗਾਇਬ ਨੇ। ਜੀ ਬਹੁਤ ਵੱਡੇ ਲੀਡਰ ਨਾ ਚੰਨੀ ਨਾ ਸਿੱਧੂ, ਐਸੇ ਲੀਡਰ ਜਿਹੜੇ ਨੇ ਕੁਛ ਉਹ ਮਤਲਬ ਕਿ ਦੇਖੇ ਜਾ ਸਕਦੇ ਆ। ਤਾਂ ਇਹ ਜੋ ਕੁਛ ਚੱਲਦਾ ਇਹ ਠੀਕ ਨਹੀਂ ਹੈ। ਤੇ ਭਾਰਤ ਜੋੜੋ ਤਦ ਹੀ ਫਾਇਦਾ ਨਾ ਕਿ ਜੇ ਤੁਸੀਂ ਖੁਦ ਜੋੜੋਗੇ, ਜੀ ਖੁਦ ਜੋੜੋਗੇ। ਮੈਂ ਉਹੀ ਕਹਿ ਰਿਹਾ ਕਿ ਹਾਲੇ ਖੁਦ ਦਾ ਜੁੜਦਾ ਬਾਕੀ ਹੈ, ਭਾਰਤ ਨੂੰ ਜੋੜਨ ਦਾ ਯਤਨ ਜਾਰੀ ਹੈ।